ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਆਈ ਸੰਗਤ ਆਪ ਜੀ ਨੂੰ ਪਤਾ ਹੈ ਕਿ ਜੋ ਚਾਰ ਮੰਗਾਂ ਨੂੰ ਮੁਖ ਰੱਖ ਕੇ ਇਹ ਕੌਮੀ ਇਨਸਾਫ ਮੋਰਚਾ ਲਾਇਆ ਗਿਆ ਹੈ ਜਿਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਪਾਂ ਸਾਰੇ ਪਹੁੰਚੇ ਹਾਂ ਆ ਪਸਾਦੇ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲੋਂ ਮੈਨੂੰ ਮਾਫ਼ ਕਰਨਾ ਜੇ ਮੇਰਾ ਗਲਾ ਥੋੜਾ ਜਿਆਦਾ ਖਰਾਬ ਹੋਇਆ ਹੋਇਆ ਹੈ ਇਸ ਕਰਕੇ ਮੈਂ 5-7 ਮਿੰਟਾਂ ਦੇ ਵਿੱਚ ਹੀ ਵਿਚਾਰ ਨੂੰ ਸੰਖੋਚ ਲੈਣਾ ਸੋ ਪਹਿਲਾਂ ਤਾਂ ਆਪਾਂ ਮੰਗਾਂ ਦੀ ਵਿਆਖਿਆ ਕਰ ਦਈਏ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਇਹ ਤਾਂ ਹੀ ਸਾਨੂੰ ਮਿਲ ਸਕਦਾ ਹੈ ਜਿਹੜੇ ਭਗੌੜੇ ਐ ਉਹ ਕਾਬੂ ਕੀਤੇ ਜਾਣ ਮੇਰੀ ਬਲਾਰਾਂ ਨੂੰ ਬੇਨਤੀ ਹੈ ਇਸ ਗੱਲ ਨੂੰ ਬਾਰ-ਬਾਰ ਉਹਾਰਿਆ ਜਾਵੇ ਵੀ ਸੌਦਾ ਸਾਧ ਦੇ ਜਿਹੜੇ ਤਿੰਨ ਚੇਲੇ ਭਗੌੜੇ ਐ ਹਰਸ਼ ਧੋਰੀ ਸੰਦੀਪ ਬਰੇਟਾ ਪ੍ਰਦੀਪ ਕਲੇਰ ਜਿੰਨੀ ਦੇਰ ਤੱਕ ਇਹ ਭਗੌੜੇ ਖੜੇ ਨਹੀਂ ਜਾਂਦੇ ਇਨਸਾਫ ਸਾਨੂੰ ਕਿਵੇਂ ਮਿਲੂਗਾ ਦੱਸੋ ਤੇ ਦੂਸਰੀ ਗੱਲ ਜਿੰਨੀ ਦੇਰ ਤੱਕ ਸੌਦਾ ਸਾਧ ਨੂੰ ਪ੍ਰੋਡਕਸ਼ਨ ਬਰਾਂਟ ਤੇ ਲਿਆ ਕੇ ਇੱਥੇ ਸਖਤੀ ਨਾਲ ਪੁੱਛਗਿਛ ਨਹੀਂ ਕੀਤੀ ਜਾਂਦੀ ਓਨੀ ਦੇਰ ਇਹ ਸਾਰੀ ਸਾਜ਼ਿਸ਼ ਤੋਂ ਪਰਦਾ ਚੁੱਕਿਆ ਨਹੀਂ ਜਾ ਸਕਦਾ ਕਿਉਂਕਿ ਪੁਲਿਸ ਖੁਦ ਮੰਨ ਚੁੱਕੀ ਹੈ ਜਦੋਂ ਉਹ ਸਨਾਰੀਆ ਜਿਲ੍ਹੇ ਜਾ ਕੇ ਪੁੱਛਗਿਛ ਕਰਦੇ ਸੀ ਤਾਂ ਪੁਲਿਸ ਨੇ ਆਪ ਮੰਨਿਆ ਕਿ ਸੌਦਾ ਸਾਧ ਪੁੱਛਗਿਛ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੋ ਬੇਨਤੀ ਹੈ ਇਸ ਗੱਲ ਨੂੰ বারবার ਵਾਰਾਂ ਜਾਵੇ ਵੀ ਉਹਨੂੰ ਪ੍ਰੋਡਕਸ਼ਨ ਫਰੰਟ ਤੇ ਲਿਆਂਦਾ ਜਾਵੇ ਸੌਦਾ ਸਾਧ ਨੂੰ ਜਿਹੜੇ ਤਿੰਨ ਚੇਲੇ ਦੇ ਭਗੌੜੇ ਐ ਇਹਨਾਂ ਭਗੌੜੇ ਚੇਲਿਆਂ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਜਾਵੇ ਤੇ ਵਿੱਚੋਂ ਮੈਂ ਗੱਲ ਕਰਦੇ ਆਂ ਜਿਹੜਾ ਮੌੜ ਬੰਬ ਧਮਾਕਾ ਹੋਇਆ ਸੀ ਉਹਦੇ ਭਗੌੜੇ ਵੀ ਇਹਦੇ ਚੇਲੇ ਹੀ ਐ ਸਿੱਖ ਦੇ ਉੱਤੇ ਮਮੂਲੀ ਜਿਹਾ ਸ਼ੱਕ ਹੋਵੇ ਦੋਸ਼ੀ ਭਾਵੇਂ ਨਾ ਹੋਵੇ ਕਿੱਥੋਂ ਕਿੱਥੋਂ ਚੁੱਕ ਕੇ ਲਾਇਆ ਜਾਂਦਾ ਪਰ ਇਹ ਸੌਦਾ ਸਾਧ ਦੇ ਚੇਲੇ ਹਜੇ ਤੱਕ ਇਹਨਾਂ ਨੂੰ ਲੱਭ ਨਹੀਂ ਰਹੇ ਸੋ ਵੀ ਆਦਮੀ ਦਾ ਇਨਸਾਫ ਤਾਂ ਸਾਨੂੰ ਮਿਲੂਗਾ ਦੂਸਰੀ ਗੱਲ ਹੈ ਜੋ 328 ਰੂਪ ਉਹ ਤਾਂ ਆਪਣਿਆਂ ਤੋਂ ਹੀ ਆਪ ਪੁੱਛਦੇ ਹਾਂ ਕਿ ਸਰਕਾਰ ਦਾ ਤਾਂ ਸਬੰਧ ਨਹੀਂ ਇਸ ਗੱਲ ਦਾ ਕਿ ਉਹ 328 ਰੂਪ ਕਿਹਨੂੰ ਦਿੱਤੇ ਕਿੱਥੇ ਗਏ ਜਦਕਿ ਇਹਨਾਂ ਦੇ ਅਧਿਕਾਰੀਆਂ ਨੇ ਉਹ ਮੰਨਿਆ ਸੀ ਵੀ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਦੇ ਅਸੀਂ ਮੁਕੱਦਮੇ ਦਰਜ ਕਰਾਵਾਂਗੇ ਜੀ ਤੋਂ ਬਾਅਦ ਵਿੱਚ ਇਹ ਮੰਨਕਰ ਹੋ ਗਏ ਫਿਰ ਇਹ ਵੀ ਕਿਹਾ ਗਿਆ ਸੀਗਾ ਵੀ ਜਿਹੜੀ ਕੋਲੀ ਐਂਡ ਕੰਪਨੀ ਐ ਉਤੋਂ 75% ਪੈਸੇ ਵਾਪਸ ਲਏ ਜਾਣਗੇ ਕਿਉਂਕਿ ਉਹਨਾਂ ਨੇ ਸਹੀ ਆਪਣੀ ਡਿਊਟੀ ਨਹੀਂ ਕੀਤੀ ਪਰ ਉਹ ਪੈਸੇ ਨਹੀਂ ਵਾਪਸ ਲਏ ਗਏ ਤੇ ਨਾ ਹੀ ਕਹਿ ਲੋ ਆਪਾਂ ਵੀ ਉਹਨਾਂ ਦੇ ਉੱਤੇ ਕੋਈ ਮੁਕੱਦਮੇ ਦਰਜ ਕਰਾਏ ਸੋ ਉਹ ਇਨਸਾਫ ਸਾਡੇ ਆਪਿਆਂ ਨੂੰ ਦੇਣਾ ਚਾਹੀਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਤੀਸਰਾ ਜੋ ਨੁਕਤਾ ਹੈ ਜੋ ਗੋਲੀकांड ਹੋਇਆ ਕੋਟਕਪੂਰੇ ਤੋਂ ਗੋਲੀकांड ਚੱਲਿਆ ਬਹਿਵਲ ਕਲਾਂ ਤੱਕ ਤੇ ਬਹਿਵਲ ਕਲਾਂ ਦੋ ਸਿੰਘ ਸ਼ਹੀਦੀਆਂ ਪਾ ਗਏ ਉਹ ਬੋਲੀ ਕਾਂਡ ਦਾ ਇਨਸਾਫ ਸਾਨੂੰ ਛੇਦ ਤੋਂ ਛੇਦੀ ਸਰਕਾਰ ਦੇ ਵੀ ਬਾਰ ਬਾਰ ਸਿੱਟਾਂ ਬਣਾਈਆਂ ਜਾ ਰਹੀਆਂ ਤੇ ਅਗਲੀ ਗੱਲ ਜੋ ਬੰਦੀ ਸਿੰਘ ਕਿੰਨੇ ਸਮੇਂ ਤੋਂ ਲੈ ਕੇ ਜੇਲਾਂ ਵਿੱਚ ਬੰਦ ਹੈ ਆਪ ਜੀ ਰੋਜ਼ ਬੁਲਾ ਰਹੇ ਤੋਂ ਸੁਣਦੇ ਹੋ ਸੋ ਇੱਕ ਗੱਲੋਂ ਤਾਂ ਮੈਂ ਧੰਨਵਾਦ ਕਰਦਾ ਹਾਂ ਕਿ ਇੱਥੇ ਜਦੋਂ ਅੰਬਸਾ ਮੋਰਚਾ ਲੱਗਿਆ ਸੀ ਉਦੋਂ ਵੀ ਜਥਿਆਂ ਦੇ ਰੂਪ ਵਿੱਚ ਬਹੁਤ ਜ਼ਿਆਦਾ ਆਉਂਦੇ ਰਹੇ ਸੀ ਭਾਈ ਗੁਰਵਰ ਸਿੰਘ ਹੋਰਾਂ ਕੋਲ ਉੱਥੋਂ ਗੱਲ ਸ਼ੁਰੂ ਹੋਈ ਇਹਨਾਂ ਦਾ ਧੰਨਵਾਦ ਹੈ ਆਪਾਂ ਹਰ ਗੱਲ ਨੂੰ ਪੋਜੀਟਿਵ ਲਿਆ ਕਰੀਏ ਇਹ ਮੰਨਣਾ ਪੈਣਾ ਹੈ ਬੰਦੀ ਸਿੰਘਾਂ ਦੀ ਰਹਾਇਤ ਦੀ ਗੱਲ ਸ਼ੁਰੂ ਕਿੱਥੋਂ ਹੋਈ ਜੀ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਤੋਂ ਗੱਲ ਭਾਵੇਂ ਕਿ ਜਿਨੇ ਜਿੰਨਾ ਵੀ ਕੀਤਾ ਧੰਨਵਾਦ ਕਰਨਾ ਬਣਦਾ ਉਹ ਅਲੱਗ ਗੱਲ ਹੈ ਚਲੋ ਬਾਅਦ ਦੇ ਵਿੱਚ ਅੱਗੇ ਕੀ ਹੋਇਆ ਮੈਂ ਬਹੁਤਾ ਵਿਸਥਾਰ ਚ ਨਾ ਜਾਵਾਂ ਸੋ ਬਾਪੂ ਸੂਰਤ ਸਿੰਘ ਤੋਂ ਵੀ ਗੱਲ ਹੋਈ ਵੀ ਜਿੰਨਾ ਕੋਈ ਆਵਾਜ਼ ਚੁੱਕਦਾ ਉੰਨੀ ਪੋਜੀਟਿਵ ਲੋ ਆਪਾਂ ਬਾਬਾ ਬਾਪੂ ਸੂਰਤ ਸਿੰਘ ਨੇ ਵੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਬੰਦੀ ਸਿੰਘਾਂ ਦੀ ਤੇ ਭਾਈ ਗੁਰਬਖਸ਼ ਸਿੰਘ ਤੋਂ ਵੀ ਦੇਸ਼ਾਂ ਵਿਦੇਸ਼ਾਂ ਤੱਕ ਗੱਲਾਂ ਗਈਆਂ ਉਦੋਂ ਵੀ ਇਦਾਂ ਸਿੰਗਾ ਨਾਲ ਸਿੱਖਾ ਨਾਲ ਤੱਕਾ ਹੋ ਰਿਹਾ ਸੋ ਆਪਾਂ ਨੂੰ ਪਤਾ ਹੈ ਫਿਰ ਇਹ ਜੋ ਸਾਡੇ ਕੌਮੀ ਯੋਧੇ ਐ ਇਹਨਾਂ ਨੇ ਕੋਈ ਬੁਰਾ ਕੰਮ ਨਹੀਂ ਕੀਤਾ ਹਿੰਸਾ ਨਹੀਂ ਕੀਤੀ ਇਹਨਾਂ ਨੇ ਆਪ ਨੂੰ ਪਤਾ ਹੈ ਹਿੰਸਕ ਕੌਣ ਹੈ ਤੁਹਾਨੂੰ ਮੈਂ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਸੁਣਾਉਣਾ ਹੈ 16 ਸਤੰਬਰ 1994 ਈਸਵੀ ਨੂੰ ਸੁਪਰੀਮ ਕੋਰਟ ਦਾ ਬਿਆਨ ਹੈ ਕਿ ਕੇਪੀਐਸ ਗਿੱਲ ਦੀ ਅਗਵਾਈ ਵਾਲੀ ਪੁਲਿਸ ਤਾਨਾਸ਼ਾਹ ਹੈ ਗੁੰਮਰਾ ਹੈ ਬੇਲਗਾਮ ਹੈ ਇਹ ਫੇਰ ਨੋਟ ਕਰੋ ਤਿੰਨੇ ਟਿੱਪਣੀਆਂ ਤਾਨਾਸ਼ਾਹ ਗੁੰਮਰਾ ਬੇਲਗਾਮ ਹੋਂ ਸੋਚੋ ਵੀ ਜਿਹੜੀ ਪੁਲਿਸ ਬੇਲਗਾਮ ਹੋਵੇ ਤਾਨਾਸ਼ਾਹ ਹੋਵੇ ਉਹ ਕੀ ਕਰਦੀ ਹੁੰਦੀ ਹੈ ਤੇ ਉਹੀ ਕਰ ਰਹੇ ਸੀ ਇਥੇ ਕੇਪੀ ਗਿੱਲ ਤੇ ਬਿਆੰਤ ਦੀ ਜੁੰਡਲੀ ਨੇ ਜੋ ਕਤਲੇਆਮ ਚਾਇਆ ਹੋਇਆ ਸੀ ਉਸ ਕਤਲੇਆਮ ਨੂੰ ਰੋਕਣ ਵਾਸਤੇ ਇਹਨਾਂ ਕੌਮੀ ਯੋਧਿਆਂ ਨੇ ਟੀਮ ਬਣਾ ਕੇ ਇਹ ਕੰਮ ਕੀਤਾ ਬਿਆੰਤ ਨੂੰ ਸੋਧਾ ਲਾਇਆ ਇੱਕ ਟੀਮ ਵਰਕ ਦੇ ਵਿੱਚ ਕਦੋਂ ਕਿਉਂਕਿ ਇਥੇ ਕਤਲੇਆਮ ਚਾਇਆ ਹੋਇਆ ਸੀ ਇਹਨਾਂ ਨੇ ਹਿੰਸਾ ਨੂੰ ਰੋਕਿਆ ਨਹੀਂ ਤਾਂ ਅੱਜ ਨੂੰ ਪਤਾ ਨਹੀਂ ਮੇਰੇ ਵਰਗੇ ਵੀ ਕਿੰਨੇ ਨੌਜਵਾਨ ਨਹੀਂ ਹੁੰਨੇ ਸੀ ਕਿਉਂਕਿ ਉਸੇ ਵੇਲੇ ਮੈਂ ਭਰ ਜਵਾਨੀ ਵਿੱਚ ਸੀ ਇਸ ਕਰਕੇ ਇਹ ਇਹ ਕੌਮੀ ਯੋਧੇ ਤੇ ਦੂਜੇ ਪਾਸੇ ਆਪਾਂ ਨੂੰ ਪਤਾ ਵਾਰ-ਵਾਰ ਤੋਂ ਸੁਣਿਆ ਬਲਾਰਾਂ ਕੋਲੋਂ ਵੀ ਕਿੱਡੇ-ਕੱਡੇ ਅਪਰਾਧੀ ਛੱਡ ਦਿੱਤੇ ਗਏ ਪਹਿਲਾਂ ਤਾਂ ਕਤਲ ਤੇ ਬਲਾਤਕਾਰ ਦੋ ਵੱਡੇ ਅਪਰਾਧ ਮੰਨੇ ਗਏ ਆ ਦੇਖੋ ਉਹ ਗੁਜਰਾਤ ਵਾਲੇ ਕਾਤਲ ਤੇ ਬਲਾਤਕਾਰ ਵੀ ਛੱਡਤੇ ਜੋ ਬਿਲਕਸਬਾਨੋ ਜਿਸ ਬੀਬੀ ਨਾਲ ਗੈਂਗ ਰੇਪ ਹੋਇਆ ਜਿਹਦੇ ਪਰਿਵਾਰ ਦੇ ਸਾਰੇ ਮੈਂਬਰ ਮਾਰ ਦਿੱਤੇ ਗਏ ਉਹ ਕਾਤਲ ਗੁਜਰਾਤ ਸਰਕਾਰ ਨੇ ਛੱਡਤੇ ਫਿਰ ਆਪਾਂ ਨੂੰ ਪਤਾ ਸੌਦਾ ਸਾਹ ਦਾ ਕਾਤਲ ਬਲਾਤਕਾਰੀ ਕਤਲ ਕਾਤਲਬਾਤ ਕਰਨੀ ਬੇਅਦਬੀ ਦਾ ਦੋਸ਼ੀ ਵੀ ਹੈ ਗੁਰੂ ਗ੍ਰੰਥ ਸਾਹਿਬ ਦੀ ਤੇ ਮੌੜ ਬੰਬ ਬਲਾਸਟ ਦਾ ਦੋਸ਼ੀ ਵੀ ਸੌਦਾ ਸਾਧ ਹੈ ਏਡੇ ਵੱਡੇ ਵੱਡੇ ਅਪਰਾਧ ਕਰਨ ਵਾਲਿਆਂ ਨੂੰ ਕਿਵੇਂ ਪੈਰੋਲ ਦਿੱਤੀ ਜਾ ਰਹੀ ਹੈ ਤੇ ਅੱਜ ਮੈਂ ਕਹੂੰਗਾ ਭਾਰਤੀ ਜਨਤਾ ਪਾਰਟੀ ਕਾਤਲ ਤੇ ਬਲਾਤਕਾਰੀ ਦਾ ਸਾਥ ਦੇ ਰਹੀ ਹੈ ਕਾਤਲ ਬਲਾਤਕਾਰੀ ਸੌਦਾ ਸਾਧ ਦਾ ਸਾਥ ਦਿੱਤਾ ਜਾ ਰਿਹਾ ਹੈ ਜੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਖਿਆਲ ਕਰ ਲੈਣ ਤੇ ਦੂਸਰੇ ਪਾਸੇ ਆਪਾਂ ਦੇਖਦੇ ਹਾਂ ਵੀ ਸਿੰਘ ਜਿਨ੍ਹਾਂ ਦੀਆਂ ਪੂਰੀਆਂ ਵੀ ਹੋ ਚੁੱਕੀਆਂ ਚਲੋ ਅਮਰ ਕੈਦਾਂ ਦੂਜੇ ਪਾਸੇ ਉਹ ਛੱਡ ਦਿੱਤੇ ਜਿਨ੍ਹਾਂ ਦੀਆਂ ਪੂਰੀਆਂ ਨਹੀਂ ਹੋਈਆਂ ਸੀ ਪਿੰਕੀ ਕੈਟ ਵਰਗੇ ਆ ਪਿਛਲੇ ਜੇ ਤੁਹਾਨੂੰ ਪਤਾ ਹੈ ਕੈਪਟਨ ਸਰਕਾਰ ਨੇ 4 ਪੁਲਿਸ ਮੁਲਾਦਮ ਛੱਡਦੇ ਸੀ ਯੂਪੀ ਵਾਲੇ ਇਹ ਯੂਪੀ ਦੇ 4 ਪੁਲਿਸ ਮੁਲਾਦਮ ਸੀ ਜੋ ਕਿ ਕੈਪਟਨ ਅਮਰਿੰਦਰ ਸਿੰਘਾ ਹੁਣੇ ਛੱਡ ਕੇ ਹਟਿਆ ਪਿਛਲੀ ਸਰਕਾਰ ਦੇ ਵਿੱਚ ਤੇ ਸਿੰਘਾ ਮਾਰੀ ਪਤਨੀ ਉਹਨਾਂ ਬਾਰੇ ਕਾਨੂੰਨ ਕਿੱਥੋਂ ਆ ਜਾਂਦਾ ਹੈ ਤੇ ਸਿੰਘਾ ਮਾਰੀ ਕਿੱਥੋਂ ਕਾਨੂੰਨ ਅੜਚਣਾ ਪੈਦਾ ਕਰ ਦਿੰਦਾ ਸੋ ਇਹਦੇ ਵਾਸਤੇ ਆਪਾਂ ਨੂੰ ਇਹ ਸਾਰਾ ਕੁਝ ਪਤਾ ਚੰਗੀ ਤਰ੍ਹਾਂ ਪਰ ਕਰਨਾ ਕੀ ਪੈਣਾ ਸਾਨੂੰ ਇੱਕ ਤਾਂ ਵੀ ਪਿਆਰੋ ਆਪਾਂ ਆਪਣੀ ਵੋਟ ਸ਼ਕਤੀ ਜਿਹੜੀ ਇਕੱਠੀ ਕਰੀਏ ਆਪਾਂ ਸਾਰੇ ਤਾਂ ਕਿ ਆਪਣਾ ਇੱਕ ਪ੍ਰੈਸ਼ਰ ਗਰੁੱਪ ਤਿਆਰ ਹੋਵੇ ਪ੍ਰੈਸ਼ਰ ਗਰੁੱਪ ਵੀ ਜਿੰਨੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ ਵੀ ਉਹ ਇੱਕੋ ਹੀ ਸ਼ਰਤ ਹੈ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੋਵੇ ਉਹਦਾ ਜੰਮਨ ਮਰਨ ਖੁਸ਼ੀ ਗਮੀ ਗੁਰੂ ਗ੍ਰੰਥ ਸਾਹਿਬ ਨਾਲ ਜੀਦੀ ਉਹ ਸਾਰੇ ਇਕੱਠੇ ਹੋ ਜਾਈਓ ਆਪਾਂ ਵੀ ਜੀਦਾ ਜੰਮਨ ਮਾਰਨ ਖੁਸ਼ੀ ਗਮੀ ਗੁਰੂਗ੍ਰਾਂਥ ਸਾਹਿਬ ਨਾਲ ਹੈ ਉਹ ਸਾਰੇ ਹੋ ਜਾਣ ਇਕੱਠੇ ਤੇ ਆਪਣਾ ਵੋਟ ਬੈਂਕ ਇਕੱਠਾ ਹੋਵੇ ਵੋਟ ਦੀ ਸ਼ਕਤੀ ਆਪਣੀ ਇਕੱਠੀ ਹੋਵੇ ਆਪਣਾ ਪ੍ਰੈਸ਼ਰ ਗਰੁੱਪ ਬਣੇ ਫਿਰ ਇਹਨਾਂ ਸਰਕਾਰਾਂ ਦੇ ਉੱਤੇ ਦਬਾਅ ਪਾਇਆ ਜਾ ਸਕਦਾ ਹੁਣ ਭਗਵਾਨ ਤਮਾਨ ਸਰਕਾਰ ਵਿਧਾਨ ਸਭਾ ਦੇ ਵਿੱਚ ਤਾਮਲ ਲਾਡੂ ਦੀ ਤਰਜ਼ ਦੇ ਉੱਤੇ ਮਤਾਂ ਕਿਉਂ ਨਹੀਂ ਪਾ ਸਕਦੀ ਪਾ ਸਕਦੀਆਂ ਨਾ ਜੇ ਤਾਮਲ ਨਾਡੂ ਵਾਲਿਆਂ ਨੇ ਵਿਧਾਨ ਸਭਾ 'ਚ ਮਤਾ ਪਾ ਕੇ ਰਜੀਵ ਗਾਂਧੀ ਤੇ ਕਾਤਲਾਂ ਨੂੰ ਰਿਹਾ ਕਰਵਾ ਲਿਆ ਤਾਂ ਫਿਰ ਇਹ ਬਿਆਨਤ ਨੂੰ ਸੋਧਣ ਵਾਲੇ ਰਿਹਾ ਕਿਉਂ ਨਹੀਂ ਹੋ ਸਕਦੇ ਹੇ ਪੰਜਾਬ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਤਾ ਕਿਉਂ ਨਹੀਂ ਪੈ ਸਕਦਾ ਪੈ ਸਕਦਾ ਪਰ ਆਪਣਾ ਪ੍ਰੈਸ਼ਰ ਆਪਾਂ ਨੂੰ ਪਾਉਣਾ ਬਣਦਾ ਸੋ ਇਹ ਇਹ ਭਗਵੰਤ ਮਾਨ ਸਰਕਾਰ ਵੀ ਸੋਚ ਲਵੇ ਵੀ ਜਿਹੜੇ ਆ ਜਿਹੜੇ ਦੇਣੀ ਹੈ ਸਾਰੇ ਨਿਆ ਜੋ ਬਹਿਬਲ ਕਲਾ ਕੋਟਪੂਰਾ ਗੋਲੀकांड ਵਾਲਾ ਬਿਆਦਵੀ ਵਾਲਾ ਤੇ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਉਣ ਵਾਲਾ ਇਹ ਤਾਂ ਹੁਣ ਵੀ ਮੌਜੂਦਾ ਸਰਕਾਰ ਹੀ ਕੰਮ ਕਰ ਸਕਦੀ ਹੈ ਤੇ ਆਪਾਂ ਨੂੰ ਪਤਾ ਹੈ ਭੁੱਲਰ ਵਾਲਾ ਉਹ ਤਾਂ ਦਿੱਲੀ ਸਰਕਾਰ ਦੇ ਅੱਜ ਹੀ ਛੱਡ ਸਕਦੀ ਹੈ ਉਹ ਤਾਂ ਪਰ ਦੇਖੋ ਕਿ ਕਿਦਾਂ ਦੇ ਲੋਕ ਵੀ ਐਸ ਆਰ ਵੀ ਜਿਹਨਾਂ ਦਾ ਬੋਰਡ ਹੈ ਜਿਹਨੂੰ ਆਪਾਂ ਸੈਂਟੈਂਸ ਰਿਵਿਊ ਬੋਰਡ ਬੋਲਦੇ ਆ ਉਹਦੀ ਮੀਟਿੰਗ ਹੀ ਨਹੀਂ ਬੁਲਾਈ ਇਹੀ ਕੇਜਰੀਵਾਲ ਜਦੋਂ ਵੋਟਾਂ ਲੈਣੀਆਂ ਜਾਂ ਐਨ ਆਰ ਆਈ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸੀਗੇ ਉਦੋਂ ਪ੍ਰੋਫੈਸਰ ਭੁੱਲਰ ਦੀ ਲਿਖਾਈ ਵਾਸਤੇ ਸੁਪਰੀਮ ਕੋਰਟ ਨੂੰ ਚਿੱਠੀਆਂ ਲਿਖਦਾ ਰਿਹਾ ਚਿੱਠੀਆਂ ਪਾਉਂਦਾ ਰਿਹਾ ਪਰ ਜਿਸ ਵੇਲੇ ਹੁਣ 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 ਮੌਕੇ ਤੇ ਮਦਦ ਕਰਨ ਦੀ ਰਿਹਾਈ ਦਾ ਮੌਕਾ ਆਇਆ ਹੁਣ ਬਹੁ ਗਿਣਤੀ ਦੀਆਂ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਭੁੱਲਰ ਦੀ ਰਿਹਾਈ ਵਾਸਤੇ ਉਸ ਬੋਰਡ ਦੀ ਮੀਟਿੰਗ ਤਾਂ ਨਿਕਰ ਕਰਾਈ ਜਾ ਰਹੀ ਤੇ ਪਹਿਲਾਂ ਤੁਹਾਨੂੰ ਪਤਾ ਵੀ ਇਹਨਾਂ ਦਾ ਇੱਕ ਜੋ ਇਹਦਾ ਮੁਖੀ ਸੀਗਾ ਜੈਨ ਉਹ ਉਹ ਰੁਕਾਵਟਾਂ ਲਾਉਂਦਾ ਰਿਹਾ ਚਲੋ ਮੈਂ ਕਹਣਾ ਵੀ ਸਮਾ ਬੜਾ ਬਲਵਾਨ ਹੈ ਹੁਣ ਤਾਂ ਜੈਨ ਨੂੰ ਹੀ ਪਤਾ ਲੱਗ ਗਿਆ ਹੁਣ ਇਹਨਾਂ ਦੇ ਨੂੰ ਜਿਹੜਾ ਸਿਹਤ ਮੰਤਰੀ ਸੀ ਵੀ ਜੇਲ੍ਹ ਵਿੱਚ ਰਹਿਣਾ ਕਿੰਨਾ ਔਖਾ ਹੈ ਜੋ ਕਿ ਭਾਵੇਂ ਉਹ ਕਿਸੇ ਵੀ ਮਸਲੇ 'ਚ ਗਿਆ ਮੈਂ ਨਾ ਸਨ ਮਤ ਮਤਲ ਬਣੀ ਪਰ ਮੈਂ ਕਹਿਣਾ ਹੁੰਦਾ ਵੀ ਇਹ ਛੋਟੇ ਮੰਤਰੀ ਨੂੰ ਪਤਾ ਲੱਗ ਗਿਆ ਹੋਣਾ ਜਿਹਦਾ ਚਲਣਾ ਕਿ ਭਾਵੇਂ ਕਿ ਜੇਲ੍ਹਾਂ ਦੇ ਵਿੱਚ ਵੀ ਉਹਨਾਂ ਨੂੰ ਖਾਸ ਟ੍ਰੀਟਮੈਂਟ ਮਿਲਦਾ ਸੋ ਇਹ ਗੱਲਾਂ ਜਿਹੜੀਆਂ ਸਾਰੀਆਂ ਸਰਕਾਰਾਂ ਨੂੰ ਚੰਗੀ ਤਰ੍ਹਾਂ ਵਾਚਣੀਆਂ ਚਾਹੀਦੀਆਂ ਤੇ ਮੈਂ ਆਪਣਿਆਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਆਪਾਂ ਸਾਰਾ ਕੁਝ ਭੁੱਲ ਭੁਲਾ ਕੇ ਇੱਕ ਹੋ ਜਾਈਏ ਵੋਟ ਸ਼ਕਤੀ ਇਕੱਠੀ ਕਰੀਏ ਆਪਾਂ ਇੱਕ ਹੋਈਏ ਇੱਕ ਜੇ ਹੋ ਜਾਵਾਂਗੇ ਤੇ ਆਪਣੇ ਮਸਲੇ ਜਿਹੜੇ ਹੱਲ ਹੋਣ ਸ਼ੁਰੂ ਹੋ ਜਾਣਗੇ ਜੇ ਕਾਤਲ ਬਲਾਤਕਾਰੀ ਆ ਬੇਅਦਵੀ ਵਾਲੇ ਆ ਬੰਬकांड ਦੇ ਵਾਲੇ ਦੇ ਚੇਲੇ ਸੌਦੇ ਸਾਹ ਦੇ ਇਕੱਠੇ ਹੋ ਸਕਦੇ ਆ ਤੇ ਆਪਾਂ ਕਿਉਂ ਨਹੀਂ ਹੋ ਸਕਦੇ ਜੇ ਕਾਤਲ ਬਲਾਤਕਾਂ ਦੇ ਚੇਲੇ ਇਕੱਠੇ ਹੋ ਸਕਦੇ ਆ ਆਪਾਂ ਨੂੰ ਕੀ ਹੁੰਦਾ ਆਪਾਂ ਨੂੰ ਕੀ ਹੋਇਆ ਆਪਾਂ ਵੀ ਹੋ ਸਕਦੇ ਹਾਂ ਪਿੱਛੋਂ ਤੋਂ ਇਤਿਹਾਸ ਪੜ ਕੇ ਦੇਖ ਲਓ 12 ਮਿਸਲਾਂ ਤੋਂ ਲੈ ਕੇ ਸਿਧਾਂਤਕ મતਭੇਦ ਚੱਲੇ ਆਏ ਆ ਪਰ ਖਾਸ ਖਾਸ ਮੌਕਿਆਂ ਤੇ ਬਿਲਕੁਲ ਇੱਕ ਹੋ ਜਾਂਦੇ ਸੀ ਸਿੰਘਾਂ ਤੇ ਦੂਜੇ ਪਾਸੇ ਆਪਣੇ ਅੰਦਰ ਆਪਾਂ ਕੌਮੀਅਤਾਂ ਜਿਹੜੀ ਮਜ਼ਬੂਤ ਕਰੀਏ ਕੌਮੀਅਤਾਂ ਦਾ ਦਰਸ਼ਨ ਕਰਾਵਾਂ ਮੈਂ ਤੁਹਾਨੂੰ ਜੈਤੋ ਦੇ ਮੋਰਚੇ ਦੇ ਵਿੱਚੋਂ ਜਿਸ ਵੇਲੇ ਮੋਰਚਾ ਲੱਗਿਆ ਤੁਹਾਨੂੰ ਪਤਾ ਹੈ ਤਾਂ ਉਸ ਵੇਲੇ ਗ੍ਰਿਫਤਾਰੀਆਂ ਹੋ ਰਹੀਆਂ ਬਹੁਤ ਕੁੱਟਮਾਰ ਹੁੰਦੀ ਜਥਿਆਂ ਦੀ ਤਾਂ ਉਸ ਵੇਲੇ ਇੱਕ ਜਥੇ ਨੂੰ ਗ੍ਰਿਫਤਾਰ ਕੀਤਾ ਜੇਲ੍ਹ ਭੇਜਣਾ ਤੇ ਉਹਦੇ ਐਡਰੈਸ ਲਿਖਣ ਵਾਸਤੇ ਥਾਣੇਦਾਰ ਨੂੰ ਕਿਹਾ ਮੈਜਿਸਟਰੇਟ ਨੇ ਜਦੋਂ ਨੂੰ ਪੁੱਛਿਆ ਵੀ ਹਾਂਜੀ ਨਾਂ ਆਪਣਾ ਉਹ ਕਹਿੰਦੇ ਜੀ ਮੇਰਾ ਨਾਂ ਜੜ ਪੁੱਟ ਸਿੰਘ ਜੜ ਪੁੱਟ ਸਿੰਘ ਉਹ ਥਾਣੇਦਾਰ ਨੇ ਲਿਖ ਲਿਆ ਕਹਿੰਦੇ ਪਿਤਾ ਦਾ ਨਾਂ ਕਹਿੰਦੇ ਜੀ ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਿਰ ਉਹ ਗੋਰਾ ਅਸਰ ਬੋਲਦਾ ਮਾਤਾ ਕਾ ਨਾਮ ਇਹ ਨਹੀਂ ਬੋਲਦੇ ਹੋ ਤਾਂ ਸਿੰਘ ਕਹਿੰਦਾ ਮਾਤਾ ਸਾਹਿਬ ਕੌਰ ਜੀ ਵਾਸੀ ਕਹਿੰਦੇ ਵਾਸੀ ਆਨੰਦਪੁਰ ਸਾਹਿਬ ਲਿਖ ਲਿਆ ਉਹਨੇ ਕਿਸੇ ਦੂਸਰੇ ਨੂੰ ਪੁੱਛਿਆ ਵੀ ਤੇਰਾ ਨਾਂ ਕਹਿੰਦਾ ਨਾ ਜੀ ਮੇਰਾ ਨਾਂ ਕਹਿੰਦਾ ਜੀ ਮੋਰਚਾ ਤੋੜ ਸਿੰਘ ਮੋਰਚਾ ਤੋੜ ਸਿੰਘ ਪਿਤਾ ਕਾ ਨਾਮ ਗੁਰੂ ਗੋਬਿੰਦ ਸਿੰਘ ਜੀ ਮਾਤਾ ਕਾ ਨਾਮ ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਸਾਹਿਬ ਲਿਖ ਲਿਆ ਉਹਨੇ ਤੀਜੇ ਨੂੰ ਪੁੱਛਿਆ ਥੋੜਾ ਥੋੜਾ ਸ਼ੱਕ ਤਾਂ ਪਿਆ ਪਰ ਸੋਚਿਆ ਵੀ ਚਲੋ ਦੇਖਦੇ ਆ ਉਹਨੂੰ ਲੱਗਿਆ ਇੱਕ ਵਾਰੀ ਵੀ ਸਹੀ ਨਹੀਂ ਲਿਖਾ ਰਹੇ ਤੀਜੇ ਨੂੰ ਪੁੱਛਿਆ ਤੇਰਾ ਨਾਂ ਕਹਿੰਦਾ ਜੀ ਮੇਰਾ ਨਾਂ ਲੰਡਨ ਤੋੜ ਸਿੰਘ ਇਹ ਲਿਖੇ ਹੋਏ ਆ ਸਤ ਸੰਗਤ ਤਾਂ ਇਤਿਹਾਸ ਵਿੱਚ ਨਾ ਸਾਰੇ ਪੜ੍ਹ ਸਕਦੇ ਤੁਸੀਂ ਲੰਡਨ ਤੋੜ ਸਿੰਘ ਤੇ ਉਹੀ ਅੱਗੇ ਪਿਤਾ ਮਾਤਾ ਵਾਸੀ ਸੇਮ ਕਿਸੇ ਹੋਰ ਨੂੰ ਪੁੱਛਿਆ 13 ਨੌ ਕਹਿੰਦਾ ਮੇਰਾ ਨਾਮ ਜੀ ਦਿੱਲੀ ਰੋਡ ਸਿੰਘ ਦਿੱਲੀ ਰੋਡ ਸਿੰਘ ਅੱਗੇ ਪਿਤਾ ਮਾਤਾ ਵਾਸੀ ਸਮਝ ਗਿਆ ਆਪਾਂ ਉਹਨੂੰ ਸ਼ੱਕ ਪੈ ਗਿਆ ਗੋਰੇ ਨੂੰ ਉਹਨੂੰ ਲੱਗਿਆ ਵੀ ਸਹੀ ਨਾਂ ਨਹੀਂ ਲਿਖਵਾ ਰਹੇ ਉਹ ਕਹਿੰਦਾ ਵੀ ਸਹੀ ਸਹੀ ਨਾਮ ਬਟਾਓ ਸਹੀ ਸਹੀ ਨਾਮਟਾਓ ਨਹੀਂ ਤੈਨੂੰ ਕੋ ਮਾਰ ਡੇਗਾ ਨਹੀਂ ਤੈਨੂੰ ਕੋ ਮਾਰ ਡੇਗਾ ਉਸ ਵੇਲੇ ਸਿੰਘ ਕਹਿੰਦੇ ਜੋ ਨਾਮ ਲਖਵਾ ਦਿੱਤੇ ਇਹੀ ਸਹੀ ਹੈ ਇਹੀ ਰਹਿਣਗੇ ਜਿਹੜੀ ਤੂੰ ਗੱਲ ਕਰਦਾ ਬਿੱਲਿਆ ਉਹ ਗੋਰਿਆ ਸਾਨੂੰ ਤੂੰ ਨ ਮਾਰ ਨਹੀਂ ਸਕਦਾ ਸਾਨੂੰ ਸਤਗੁਰ ਨੇ ਸਾਨੂੰ ਰੋਹਾਨੀ ਜੀਵਨ ਦਿੱਤਾ ਸਾਨੂੰ ਪਤਾ ਲੱਗ ਗਿਆ ਸਮਝ ਆ ਗਈ ਨਾ ਕਿ ਛ ਜਨਮ ਹੈ ਨਾ ਕਿ ਛ ਮਰ ਹੈ ਆਪਨ ਚਲਤ ਆਪ ਹੀ ਕਰਾ ਆਪੜ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਾਨੂੰ ਸਮਝ ਆ ਗਈ ਉਹ ਗੋਰੀਆ ਬਿੱਲਿਆ ਜੈਸੀ ਜਲ ਮੈਂ ਜੈਸੀ ਜਲ ਤੇ ਬੋਧ ਬੋਧਾ ਉਪਜੈ ਵਿੰਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਸਾਨੂੰ ਸਮਝ ਆ ਗਈ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰੇ ਪਰਵਾਣੋ ਤੇ ਤੂੰ ਨਹੀਂ ਸਾਨੂੰ ਮਾਰ ਸਕਦਾ ਹੁਣ ਸਾਨੂੰ ਖਤਮ ਨਹੀਂ ਕਰ ਸਕਦਾ ਤੂੰ ਗੱਲ ਮੁਕਾਓ ਫਿਰ ਇਸ਼ਾਰਾ ਕੀਤਾ ਜਿਸ ਵੇਲੇ ਥਾਣੇਦਾਰ ਨੂੰ ਵੀ ਇਹਨਾਂ ਤੋਂ ਸਖਤੀ ਨਾ ਪੁੱਛੋ ਥਾਣੇ ਲੈ ਜਾਓ ਥਾਣੇ ਲੈ ਗਏ ਮਾਰ ਮਾਰਕੁੱਟ ਹੋਣੀ ਸ਼ੁਰੂ ਹੋਈ ਠੱਡੇ ਮਾਰੇ ਡਾਂਗਾ ਮਾਰੀਆਂ ਕੇਸਾਂ ਤੋਂ ਫੜਫੜ ਖਿੱਚਿਆ ਗਿਆ ਸਿੰਘਾਂ ਨੂੰ ਪਰ ਸਿੰਘ ਸਤਨਾਮ ਵਹਿ ਦਾ ਜਾਪ ਕਰਦੇ ਰਹੇ ਨਾ ਤਾਂ ਮੂੰਹ ਤੋਂ ਮਾੜਾ ਬਚਨ ਬੋਲਿਆ ਕਿਉਂਕਿ ਸ਼ਾਂਤਮਈ ਮੋਰਚੀ ਦੀ ਅਦਾਸ ਹੋਈ ਸੀ ਬਰਬਲ ਵਾਇਲੈਂਸ ਵੀ ਨਹੀਂ ਕੀਤੀ ਬਰਬਲ ਵਾਇਲੈਂਸ ਵੀ ਨਹੀਂ ਕੀਤੀ ਨਾ ਕੋਈ ਅਗੋਂ ਹੱਥ ਚੱਕਿਆ ਤੇ ਜਿਸ ਵੇਲੇ ਬਿਲਕੁਲ ਥੱਕ ਕੇ ਥਾਣੇਦਾਰ ਆ ਕੇ ਕਹਿੰਦਾ ਮੈਜਿਸਟ੍ਰੇਟ ਨੂੰ ਕਹਿੰਦੇ ਜੀ ਪਤਾ ਨਹੀਂ ਸਿੱਖ ਕਿਹੜੀ ਮਿੱਟੀ ਦੇ ਬਣੇ ਹੋਏ ਐ ਇਹਨਾਂ ਨਾਵਾਤੀ ਤੁਸੀਂ ਨੂੰ ਜੇਲ੍ਹ ਭੇਜਦੇ ਹੋ ਇਨਾ ਫਰਜੀ ਨਾਮਾ ਦੇ ਉੱਤੇ ਹੀ ਸਿੰਘਾਂ ਨੂੰ ਜੇਲ੍ਹ ਭੇਜਿਆ ਗਿਆ ਜਦੋਂ ਇਹ ਮੋਰਚੇ ਇਹ ਰਿਹਾ ਹੋ ਕੇ ਜਦੋਂ ਜਥਾ ਆਪਣੇ ਘਰਵਾਲ ਨੂੰ ਗਿਆ ਤੇ ਗੋਰੇ ਇਦਾਂ ਬਿਟਰ ਬਿਟਰ ਦੇਖਦੇ ਰਹੇਗੇ ਵੀ ਪਤਾ ਨਹੀਂ ਕੌਣ ਸੀ ਕਿੱਥੋਂ ਆਏ ਸੀ ਪਤ ਨਹੀਂ ਲੱਗਿਆ ਉਹਨਾਂ ਸਿੰਘਾਂ ਦਾ ਵੀ ਕੌਣ ਕਿੱਥੋਂ ਆਏ ਸੀ ਸੋ ਇਹ ਸੀ ਉਦੋਂ ਪੁੱਛਿਆ ਵੀ ਸੀ ਗੋਰੇ ਨੇ ਵੀ ਤੁਸੀਂ ਇੱਕ ਮਾਤਾ ਇੱਕ ਪਿਤਾ ਕਿੰਨੇ ਭਰਾ ਹੋ ਕਹਿੰਦੇ ਅਸੀਂ ਤਾਂ ਕਰੋਨਾ ਹੀ ਭੈਣ ਭਰਾ ਹਾਂ ਵਾਸੀ ਦਾ ਕਰੋੜਾ ਕਰੋੜਾ ਪਰ ਹਾਂਜੀ ਸਾਡੀ ਇੱਕੋ ਹੀ ਮਾਤਾ ਜੀ ਮਾਤਾ ਸਾਹਿਬ ਕੌਰ ਇੱਕੋ ਹੀ ਸਾਡਾ ਬਾਪੂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਥਾਂ ਦੇ ਅਸੀਂ ਵਾਸੀ ਹਾਂ ਜੀ ਆਨੰਦਪੁਰ ਸਾਹਿਬ ਦੇ ਇੱਕੋ ਹੀ ਸਾਡਾ ਜਨਮ ਹੈ ਜੀ ਕੇਸਗੜ੍ਹ ਸਾਹਿਬ ਦਾ ਇੱਕੋ ਜਿਹਾ ਸਾਡੇ ਨਾਂ ਜੀ ਸਿੰਘ ਭੈਣਾ ਕੌਰ ਇੱਕੋ ਹੀ ਸਾਡੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕੋ ਹੀ ਸਾਡਾ ਜਕਾਰਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਇੱਕੋ ਹੀ ਸਾਡੇ ਪੰਜ ਕਕਾਰ ਇੱਕੋ ਹੀ ਸਾਡੀ ਭਾਸ਼ਾ ਗੁਰਮੁਖੀ ਪੰਜਾਬੀ ਸਾਡੀ ਜਿੱਥੇ ਗੁਰਮੁਖੀ ਪੰਜਾਬੀ ਮਾਂ ਬੋਲੀ ਹੈ ਕੌਮੀ ਭਾਸ਼ਾ ਵੀ ਆ ਨਾ ਪੁੱਰੇ ਇਕੱਲੀ ਮਾਂ ਬੋਲੀ ਨਾ ਕਹਿਆ ਕਰੋ ਨਾਲ ਬੋਲਿਆ ਕਰੋ ਸਾਡੀ ਕੌਮੀ ਭਾਸ਼ਾ ਹੈ ਨਾਲ-ਨਾਲ ਸਾਡੇ ਗੁਰੂ ਗ੍ਰੰਥ ਸਾਹਿਬ ਵੀ ਗੁਰਮੁਖੀ ਲਿਪੀ ਦੇ ਵਿੱਚ ਹੈ ਸੋ ਇਦਾਂ ਇਦਾਂ ਇਹ ਆਪਣੇ ਅੰਦਰ ਅਸੀਂ ਇਹ ਕੌਮੀਆਂ ਤੇ ਆਪਣੇ ਪੈਦਾ ਕਰੀਏ ਇੱਕੋ ਹੀ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਹੀ ਸਾਡੇ ਨਿਸ਼ਾਨ ਸਾਹਿਬ ਇਸ ਕਰਕੇ ਇਹਨਾਂ ਗੱਲਾਂ ਨੂੰ ਧਿਆਨ ਚ ਇਹਨਾਂ ਗੱਲਾਂ ਨੂੰ ਉਧਾਰ ਬਣਾ ਕੇ ਆਪਾਂ ਸਾਰੇ ਇੱਕ ਹੋ ਜਾਈਏ ਇਕੱਠੇ ਹੋ ਜਾਈਏ ਤੇ ਫਿਰ ਮੇਰਾ ਖਿਆਲ ਆਪਣੀਆਂ ਜਿਹੜੀਆਂ ਕੋਈ ਵੀ ਇਹ ਮੰਗਾ ਹੈ ਤਾਂ ਕਿਸੇ ਵੇਲੇ ਤਾਕਤ ਸਾਨੂੰ ਇੰਨੀ ਮਿਲੇ ਵੀ ਅਸੀਂ ਮੰਗਾ ਇਹ ਜੋ ਮਸਲੇ ਹੱਲ ਕਰਨ ਦੇ ਯੋਗ ਹੋਈਏ ਜੋ ਪੰਜਾਬ ਦੀਆਂ ਹੱਕੀ ਮੰਗਾ ਹੈ ਜੋ ਸਿੱਖਾਂ ਦੀਆਂ ਮੰਗਾ ਹੈ ਇਹ ਹੱਲ ਹੋਣਿਆ ਸ਼ੁਰੂ ਹੋਣ ਆਪਾਂ ਇਕੱਠੇ ਹੋਈਏ ਸਾਰੇ ਇੱਕ ਪ੍ਰੈਸ਼ਰ ਗਰੁੱਪ ਬਣਾਈਏ ਬੋਟ ਸ਼ਕਤੀ ਇਕੱਠੀ ਕਰੀਏ ਆਪਣੀ ਫੇਰੀ ਲੋਕਤੰਤਰ ਹੈ ਨਹੀਂ ਤਾਂ ਮੈਂ ਇੱਕ ਗੱਲ ਕਹਿੰਦਾ ਲੋਕਤੰਤਰ ਕਿਹੜਾ ਹੈ ਤੁਹਾਨੂੰ ਪਤਾ ਹੈ 12 ਜਨਵਰੀ 2018 ਈਸਵੀ ਨੂੰ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਕਹਿ ਦਿੱਤਾ ਕਿ ਭਾਰਤ ਦਾ ਲੋਕਤੰਤਰ ਖਤਰੇ ਵਿੱਚ ਹੈ ਇਥੇ ਦੀਆਂ ਨਿਆਂਪਾਲਿਕਾ ਦੀ ਆਜ਼ਾਦੀ ਖਤਰੇ ਵਿੱਚ ਹੈ ਪਰ ਅਫਸੋਸ ਸਾਡੇ ਦੇਸ਼ ਦੇ 140 ਕਰੋੜ ਲੋਕਾਂ ਨੇ ਤਾਂ ਬਹੁਤਾ ਨੋਟਿਸ ਨਾ ਲਿਆ ਪ੍ਰੈਸ ਕਾਨਫਰੰਸ ਕਰਕੇ ਦੇਖੋ ਬੇੜਾ ਕਰਕੇ ਆ ਬੇੜਾ ਬੈਠਿਆ ਇਸ ਮੁਲਕ ਦਾ ਪ੍ਰੈਸ ਕਾਨਫਰੰਸ ਕਰਕੇ ਜੱਜ ਕਹਿ ਰਹੇ ਆ ਲੋਕਤੰਤਰ ਖਤਰੇ 'ਚ ਹੈ ਭਾਰਤ ਦਾ ਨਿਆਂਪਾਲਿਕਾ ਦੀ ਆਜ਼ਾਦੀ ਖਤਰੇ ਵਿੱਚ ਹੈ ਸੁਪਰੀਮ ਕੋਰਟ ਕਹਿ ਰਹੀ ਹੈ ਕੇ ਪੀਐਸ ਗਿੱਲ ਦੀ ਜਿਹੜੀ ਅਗਵਾਈ ਵਾਲੀ ਪੁਲਿਸ ਬੇਲਗਾਮ ਹੈ ਤਾਨਾਸ਼ਾਹ ਹੈ ਗੁੰਮਰਾ ਹੈ ਇੰਦਾ ਤਿੱਥੇ ਬੇੜਾ ਕਿਵੇਂ ਬੈਠਿਆ ਉਹ ਤਾਂ ਵੱਡੀਆਂ ਗੱਲਾਂ ਨੇ ਹੁਣ ਜਲਾ ਸਮਾਂ ਨਹੀਂ ਮਾਫ ਕਰਨਾ ਆਪਾਂ ਨੂੰ ਪਤਾ ਹੈ ਪਿੱਛੇ ਜੀ ਆ ਸੀਬੀਆਈ ਦਾ ਜਿਹੜੇ ਦੂਜਿਆਂ ਤੇ ਛਾਪੇ ਮਾਰਦੇ ਆ ਜੋ ਦੋਨਾਂ ਦਾ ਪੰਗਾ ਨਹੀਂ ਪਿਆ ਸੀ ਇਹਨਾਂ ਦਾ ਆਪਸੇ ਡਾਇਰੈਕਟਰਾਂ ਦਾ ਇੱਕ ਡਾਇਰੈਕਟਰ ਸੀ ਲੋਕ ਬਰਮਾ ਇੱਕ ਸਪੈਸ਼ਲ ਡਾਇਰੈਕਟਰ ਸੀ ਰਕੇਸ਼ ਅਸਥਾਨਾ ਪੰਗੇ ਪਏ ਕਿਵੇਂ ਸੀਬੀਏ ਤੇ ਛਾਪਾ ਪਿਆ ਸੀਲ ਹੋਏ ਦਫਤਰ ਰਿਕਾਰਡ ਜਬਤ ਕੀਤੇ ਉਹਨਾਂ ਰਿਕਾਰਡਾਂ ਵਿੱਚ ਕੀ ਸੀ ਇਹ ਵੱਡੀਆਂ ਗਹਿਰੀਆਂ ਗੱਲਾਂ ਬਹੁਤ ਗਹਿਰੀਆਂ ਗੱਲਾਂ ਨੇ ਇਹ ਜਿਹਦੇ ਪਤਾ ਲੱਗਣੀਆਂ ਸਾਨੂੰ ਕਿੱਥੇ ਐ ਜੜ ਕਿੱਥੇ ਐ ਅੱਤਵਾਦੀ ਜਣ ਕਿੱਥੇ ਐ ਜਿਸ ਦਿਨ ਇਹ ਜਾਂਚਾਂ ਹੋ ਗਈਆਂ ਵੀ ਕਰਕਰੇ ਦੇ ਕਾਤਲ ਕੌਣ ਹੈ ਹੂ ਗਿਲਡ ਕਰ ਕਰੇ ਕਿਤਾਬ ਪੜੀਏ ਤੁਸੀਂ ਕਿੰਨਿਆਂ ਨੇ ਪੜ੍ਹੀ ਹੱਥ ਖੜੇ ਕਰਿਓ ਕਰਕਰੇ ਦੇ ਕਾਤਲ ਕੌਣ ਬਹੁਤ ਘੱਟ ਪੜ੍ਹੀ ਹੈ ਨਾਫ਼ ਕਰਨਾ ਐਮ ਐਸ ਮੁਸ਼ਰਫ ਦੀ ਇੱਕ ਆਈ ਜੀ ਪੁਲਿਸ ਦੀ ਰਿਟਾਇਰਡ ਦੀ ਲਿਖੀ ਹੋਈ ਕਿਤਾਬ ਹੈ ਕਰਕਰੇ ਦੇ ਕਾਤਲ ਕੌਣ ਪੜੋ ਪਤਾ ਲੱਗੇ ਤੁਹਾਨੂੰ ਕੀ ਹੈ ਇੱਥੇ ਫਿਰ ਇੱਕ ਜੱਜ ਸੀ ਸਪੈਸ਼ਲ ਜੱਜ ਸੀਬੀਆਈ ਦਾ ਨਾਮ ਸੁਣਿਆ ਹੋਊਗਾ ਬ੍ਰਿਜ ਗੋਪਾਲ ਹਰਕਿਸ਼ਨ ਲੋਇਆ ਇਹਦਾ ਨਾਮ ਸੀ ਹਾਂਜੀ ਇਹ ਇਹਦੀ ਮੌਤ ਦਾ ਰਹੱਸਾ ਹੈ ਰਸ਼ਵੀ ਮੌਤ ਹੈ ਇਦਾਂ ਦੀਆਂ ਪ੍ਰਜਾਚਾ ਹੁਣ ਕਿਵੇਂ ਕੌਣ ਕਰਾਵੇ ਕਿੱਥੋਂ ਹੋਣ ਇਦਾਂ ਜੀਆਂ ਜਾਂਚਾਂ ਮਿਕਲ ਨਿਰਪੱਖ ਹੋ ਜਾਣ ਜੜ ਪੈ ਹੱਥ ਜਾਣ ਨੂੰ ਹੱਥ ਪੈ ਸਕਦਾ ਹੈ ਵੀ ਭਾਰਤ ਦੇ ਵਿੱਚ ਅਤਵਾਦ ਦੀ ਜੜ ਕਿੱਥੇ ਹੈ ਪਰ ਪਵੇ ਕਿਵੇਂ 8:00 ਵਜੇ ਤਾਂ ਛੱਡਤੇ ਪਰ ਆ ਗਿਆ ਸਾਧ ਵੀਰਗੇ ਕਰਨਲ ਪ੍ਰੋਤਾਰਗੇ ਉਹ ਦਯਾਨੰਦ ਇੱਕ ਕਹਿਣ ਦਾ ਭਾਵ ਦੇਖੋ ਮੁਲਕ ਦਾ ਬੇੜਾ ਬੈਠਾ ਫੌਜ ਦਾ ਕਰਨਲ ਬੰਬ ਧਮਾਕਿਆਂ ਵਾਸਤੇ ਮਹੱਈਆ ਕਰਾਉਂਦਾ ਰਿਹਾ ਧਮਾਕਾ ਸਮਗਰੀ ਆਰ ਡੀ ਐਸ ਜਿਹਦੇ ਨਾਲ ਧਮਾਕਾ ਹਾਂ ਫੌਜ ਦਾ ਕਰਨਲ ਹਾਂਜੀ ਉਹ ਉਹਦਾ ਦੇ ਅਪਰਾਧੀ ਛਡ ਦਿੱਤੇ ਉਹਦਾ ਦੇ ਅਪਰਾਧੀ ਛਡ ਦਿੱਤੇ ਪਰ ਆ ਗਿਆ ਸਾਧ ਵੀਰ ਕਿਉਂ ਕਿਉਂਕਿ ਅਗਲੇ ਦਾ ਵੋਟ ਬੈਂਕ ਹੈ ਅਗਲੇ ਦਾ ਸਾਰਾ ਕੁਝ ਹੈ ਤੇ ਮਸਲੇ ਆਪਣੇ ਵੀ ਹੱਲ ਹੋਣਗੇ ਥੋੜਾ ਜਾਗਰਤ ਹੋਈਏ ਆਪਾਂ ਪੜ੍ਹਨ ਲਿਖਣ ਦੀ ਆਦਤ ਪਾਈਏ ਕਾਫੀ ਕਾ ਸਿਆਣੀ ਸੰਗਤ ਬੈਠੀ ਐ ਸੋ ਇੰਨਾ ਕੁਝ ਕਹਿੰਦਾ ਹੋਇਆ ਦਾਸ ਖਿਮਾਂ ਦਾ ਜਾਚਕਾ ਕੋਈ ਵਚਨ ਤੁਹਾਨੂੰ ਲੱਗੇ ਮੇਰੇ ਨਾਲ ਨਾ ਸਹਿਮਤੀ ਹੋਵੇ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰ ਸੋ ਇੰਨਾ ਕੁਝ ਕਹਿੰਦਾ ਹੋਇਆ ਦਾਸ ਖਿਮਾਂ ਦਾ ਜਾਚਕ ਜਿੰਨਾ ਵੀ ਸਾਨੂੰ ਟਾਈਮ ਮਿਲਿਆ ਜਦੋਂ-ਜਦੋਂ ਵੀ ਅਸੀਂ ਮੋਰਚੇ ਵਿੱਚ ਹਾਜ਼ਰੀ ਭਰਦੇ ਰਹਾਂਗੇ ਪਾਉਂਦੇ ਰਹਾਂਗੇ ਇੰਨਾ ਕੁਝ ਕਹਿੰਦੇ ਹੋਏ ਦਾਸ ਖਿਮਾਂ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ